ਵਿੱਚ ਅਸੀਂ ਅਪੀਲ ਕਰਨ ਆਏ ਹਾਂ ਇਬਾਦਤ ਦੀ ਲਾਈਫ ਬਚਾਉਣ ਦੇ ਲਈ। ਇਬਾਦਤ 5 ਮਹੀਨੇ ਦੀ ਹੈ ਔਰ ਇਸਨੂੰ SMA ਟਾਈਪ 1 ਹੈ, ਸਪਾਈਨਲ ਮਸਕੂਲਰ ਅਟਾਰਫੀ ਟਾਈਪ 1। ਇਹਦਾ ਜੋ ਟ੍ਰੀਟਮੈਂਟ ਹੈ ਏਮਸ ਨਵੀਂ ਦਿੱਲੀ ਤੋਂ ਚੱਲ ਰਿਹਾ ਔਰ ਇਹਦੇ ਵਿੱਚ ਪ੍ਰੋਬਲਮ ਹੈ ਜਿਹੜੀ ਫਿਲਹਾਲ ਇਹਨੂੰ ਉਹ ਗਰਦਨ ਇਹਦੀ ਜਿਹੜੀ ਹੈ ਧੌਮ ਹੋਲਡ ਨਹੀਂ ਕਰ ਸਕਦੀ ਔਰ ਬੈਠ ਨਹੀਂ ਸਕਦੀ ਔਰ ਸਮਾਂ ਪਾ ਕੇ ਜਿਹੜੀਆਂ ਕੰਪਲੀਕੇਸ਼ਨਸ ਨੇ ਉਹ ਇਨਕਰੀਜ਼ ਹੋ ਜਾਂਦੀਆਂ ਔਰ ਡਾਕਟਰਸ ਦੇ ਕਹਿਣ ਮੁਤਾਬਕ ਔਰ ਜੋ ਫਿਲਹਾਲ ਹੁਣ ਤੱਕ ਦੀ ਸਟੱਡੀ ਹੈ ਕਿ ਜਿਹੜੇ SMA ਟਾਈਪ 1 ਦੇ ਬੱਚੇ ਆ 2 ਸਾਲ ਉਹਨਾਂ ਦਾ ਲਾਈਫ ਸਪੈਨ ਹੈ ਪਰ ਇਹਦਾ ਜਿਹੜਾ ਟ੍ਰੀਟਮੈਂਟ ਹੈ ਉਹ ਵੀ ਹੈ। ਸੋ ਏਮਸ ਨਵੀਂ ਦਿੱਲੀ ਮੁਤਾਬਕ ਜੋ ਉਹਨਾਂ ਨੇ ਪ੍ਰਿਸਕ੍ਰਾਈਬ ਕੀਤਾ ਜੋ ਇੰਜੈਕਸ਼ਨ ਹੈ ਤਾਂ ਉਹਦੀ ਜਿਹੜੀ ਕੀਮਤ ਹੈ ਉਹ 14.5 ਕਰੋੜ ਰੁਪਏ ਹੈ। ਸੋ ਇਬਾਦਤ ਦੇ ਪੇਰੈਂਟਸ ਜਿਹੜੇ ਹੈ ਮੋਗਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ, ਫਾਰਮਿੰਗ ਕਮਿਊਨਿਟੀ ਤੋਂ ਹੈ। ਸੋ ਇੰਨੀ ਵੱਡੀ ਜਿਹੜੀ ਅਮਾਊਂਟ ਹੈ ਉਹ ਕਿਸੇ ਵੀ ਆਮ ਸਧਾਰਨ ਫੈਮਿਲੀ ਦੇ ਲਈ ਜਿਹੜੀ ਇਕੱਠੀ ਕਰਨੀ ਹੈ ਉਹ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਸੋ ਇਹਦੇ ਲਈ ਅਸੀਂ ਜੋ ਹੈ ਇਸ ਰੀਜਨ ਦੇ ਸਾਡਾ ਜਿਹੜਾ ਉੱਤਰੀ ਭਾਰਤ ਹੈ ਇਹ ਸਾਰੀ ਰੀਜਨ ਦੇ ਲੋਕਾਂ ਦੀ ਜਿਹੜੀ ਆ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਹਿਮਾਚਲ ਸਭ ਦੀ ਜਿਹੜੀ ਆ ਸਾਰੇ ਹਿੰਦੁਸਤਾਨੀਆਂ ਦੀ ਅਸੀਂ ਮਦਦ ਚਾਹੁੰਦੇ ਹਾਂ ਕਿ ਇਬਾਦਤ ਦੀ ਜਿਹੜੀ ਲਾਈਫ ਆ ਉਹਨੂੰ ਬਚਾਉਣ ਦੇ ਲਈ ਜਿਹੜਾ ਹੈ ਇਹ 14.5 ਕਰੋੜ ਰੁਪਏ ਦੀ ਜਿਹੜੀ ਕੁਲੈਕਸ਼ਨ ਹੈ ਇਹ ਅਸੀਂ ਸਾਰੇ ਲੋਕਾਂ ਦੇ ਸਹਿਯੋਗ ਨਾਲ ਕਰਨੀ ਚਾਹੁੰਦੇ ਹਾਂ। ਸੋ ਜਿਹੜੀ ਫੈਮਿਲੀ ਹੈ ਕੋਈ ਇੱਦਾਂ ਦੇ ਸੈਲੀਬ੍ਰਿਟੀਜ਼ ਜਾਂ ਜਿਹੜੇ ਸਾਡੇ ਸੈਲੀਬ੍ਰਿਟੀ ਆ ਪੰਜਾਬ ਦੇ ਬਹੁਤ ਸਾਰੇ ਸੈਲੀਬ੍ਰਿਟੀ ਆ ਬਹੁਤ ਮਦਦ ਕਰਦੇ ਆ ਲੋਕਾਂ ਦੀ, ਸੋ ਉਹਨਾਂ ਤੱਕ ਅਪਰੋਚ ਕਰਨਾ ਸੈਲੀਬ੍ਰਿਟੀਜ਼ ਤੱਕ ਜਾਂ ਮੁੱਖ ਮੰਤਰੀ ਸਾਹਿਬ ਤੱਕ ਵੀ ਫਿਲਹਾਲ ਇਹਨਾਂ ਨੇ ਅਜੇ ਅਪਰੋਚ ਨਹੀਂ ਕੀਤੀ, ਇਲੈਕਸ਼ਨ 'ਚ ਬਿਜ਼ੀ ਸੀ। ਸੋ ਇਹਨਾਂ ਦੇ ਲਈ ਇੰਨਾ ਸੌਖਾ ਨਹੀਂ ਹੈ ਪਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਸਾਡੇ ਸੈਲੀਬ੍ਰਿਟੀਜ਼ ਨੇ ਹਿੰਦੁਸਤਾਨ ਦੇ ਜੋ ਸੈਲੀਬ੍ਰਿਟੀਜ਼ ਨੇ ਉਹ ਇੱਦਾਂ ਦੀਆਂ ਫੈਮਿਲੀਜ਼ ਦੀ ਮਦਦ ਕਰਦੇ ਆ, ਬੱਚਿਆਂ ਦੀ ਮਦਦ ਕਰਦੇ ਆ, ਸੋ ਇਹਦੇ ਲਈ ਵੀ ਉਹ ਸਾਰੇ ਅੱਗੇ ਆਉਣ ਔਰ ਇਸ ਰੀਜਨ ਦੇ ਜੋ ਸਾਡੇ ਇੰਡਸਟਰੀਅਲਿਸਟ ਨੇ ਉਹ ਬੜਾ ਖੁੱਲ੍ਹ ਕੇ ਜਿਹੜਾ ਹੈਗਾ ਆ ਸਮਾਜਿਕ ਕੰਮਾਂ ਦੇ ਲਈ ਦਾਨ ਕਰਦੇ ਆ। ਸੋ ਇਹ ਬੱਚੀ ਦੀ ਜਾਨ ਬਚਾਉਣ ਦੇ ਲਈ ਇੱਕ ਹਮਲਾ ਹੈ, ਇੱਕ ਐਫਰਟ ਹੈ ਜਿਹਦੇ ਵਿੱਚ ਸਾਨੂੰ ਸਭ ਦੇ ਸਹਿਯੋਗ ਦੀ ਲੋੜ। ਇਹ ਸੁਖਪਾਲ ਸਿੰਘ ਦੀ ਇੱਕ ਵੱਡੀ ਬੇਟੀ ਹੈ 10 ਸਾਲ ਦੀ, ਇਹ ਛੋਟੀ ਬੇਟੀ ਹੈ ਉਹਨਾਂ ਦੀ 5 ਮਹੀਨੇ ਦੀ ਇਬਾਦਤ, ਜਿਹਨੂੰ ਸਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਔਰ ਸਾਨੂੰ ਇਸ ਮੀਡੀਆ ਰਾਹੀਂ ਸਾਰੇ ਜਿਹੜੇ ਸਾਡੇ ਇਸ ਖਿੱਤੇ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਤੋਂ ਪੂਰਨ ਉਮੀਦ ਹੈ ਕਿ 14.5 ਕਰੋੜ ਰੁਪਈਆ ਦੇਖਣ ਦੇ ਵਿੱਚ ਜੋ ਇੱਕ ਬੜੀ ਵੱਡੀ ਰਕਮ ਲੱਗਦੀ ਹੈ ਪਰ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਟੀਚਾ ਜਿਹੜਾ ਹੈ ਉਹ ਜਲਦੀ ਪੂਰਾ ਕਰ ਲਾਂਗੇ। ਸਮਾਂ ਸਾਡੇ ਕੋਲ ਜ਼ਿਆਦਾ ਇਸ ਕਰਕੇ ਨਹੀਂ ਹੈ ਕਿ ਇੱਕ ਤਾਂ ਜੋ ਇਹ ਇੰਜੈਕਸ਼ਨ ਹੈ ਇਹ ਵੱਧ ਤੋਂ ਵੱਧ ਜਿਹੜਾ ਹੈਗਾ 24 ਮਹੀਨੇ ਦੇ ਅੰਦਰ ਅੰਦਰ ਲੱਗਣਾ ਹੁੰਦਾ, ਬਟ ਬੱਚੇ ਦੀ ਜਿਹੜੀ ਕੰਡੀਸ਼ਨ ਆ ਉਹ ਕਈ ਵਾਰ ਜ਼ਿਆਦਾ ਵਿਗੜਨ ਲੱਗ ਜਾਂਦੀ ਹੈ ਜਿਵੇਂ ਜਿਵੇਂ ਸਮਾਂ ਬੀਤਦਾ। ਸੋ ਜਿੰਨੀ ਜਲਦੀ ਇਹਨੂੰ ਇੰਜੈਕਸ਼ਨ ਮਿਲੇਗਾ ਉਨੀ ਜਲਦੀ ਜਿਹੜੀ ਹੈ ਇਬਾਦਤ ਦੀ ਰਿਕਵਰੀ ਜਿਹੜੀ ਹੈ ਉਹ ਪੋਸੀਬਲ ਹੈ ਔਰ ਤੁਹਾਡੇ ਸਭ ਦੀਆਂ ਦੁਆਵਾਂ ਦੀ ਬਹੁਤ ਜ਼ਰੂਰਤ ਹੈ, ਇਹਨੂੰ ਤੁਹਾਡੇ ਸਭ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਤੁਹਾਡਾ ਦਿੱਤਾ ਹੋਇਆ ਜੋ ਵੀ ਦਾਨ ਹੈ ਉਹ ਇਸ ਫੰਡ ਰੇਜ਼ਰ ਪਲੇਟਫਾਰਮ ਦੇ ਥਰੂ ਡਾਇਰੈਕਟਲੀ ਜਿਹੜਾ ਡਰੱਗ ਮੈਨੂਫੈਕਚਰਿੰਗ ਕੰਪਨੀ ਨੂੰ ਜਿਹੜਾ ਉਹ ਟ੍ਰਾਂਸਫਰ ਕੀਤਾ ਜਾਣਾ ਹੈ, ਇਹਨਾਂ ਦੇ ਨਿੱਜੀ ਖਾਤੇ ਦੇ ਵਿੱਚ ਇਹ ਅਮਾਊਂਟ ਨਹੀਂ ਜਾਣੀ। ਸੋ ਤੁਹਾਡਾ ਦਿੱਤਾ ਹੋਇਆ ਐਵਰੀ ਸਿੰਗਲ ਪੈਨੀ ਜੋ ਵੀ ਤੁਸੀਂ ਦਾਨ ਕਰੋਗੇ, ਦੇਸ਼ ਵਿਦੇਸ਼ 'ਚ ਪੰਜਾਬੀ ਬਹੁਤ ਵੱਸਦੇ ਆ, ਸਭ ਨੂੰ ਅਪੀਲ ਹੈ ਕਿ ਵਿਦੇਸ਼ ਦੇ ਲਈ ਇੱਕ ਅਲੱਗ ਪਲੇਟਫਾਰਮ ਦੇ ਉੱਤੇ ਕਰ ਰਹੇ ਹਾਂ ਗੋ ਫੰਡ ਮੀ 'ਤੇ ਔਰ ਇੰਪੈਕਟ ਗੁਰੂ 'ਤੇ ਇੰਡੀਆ ਦੇ ਵਿੱਚ ਕਰ ਰਹੇ ਹਾਂ। ਸੋ ਇਹਦੇ ਕਿਊ ਆਰ ਕੋਡ ਵਗੈਰਾ ਵੀ ਜਿਹੜੇ ਆ ਉਹ ਡਿਸਪਲੇ ਹੋ ਜਾਣਗੇ, ਬਟ ਅਗਰ ਇੰਪੈਕਟ ਗੁਰੂ ਦੇ ਉੱਪਰ ਜਾ ਕੇ ਡਾਇਰੈਕਟਲੀ ਸਰਚ ਕਰੋਗੇ ਤਾਂ ਉੱਥੇ ਬਾਹਰ ਹੀ ਫਲੈਸ਼ ਹੋ ਰਿਹਾ ਹੋਊਗਾ ਇਬਾਦਤ ਦਾ। ਸੋ ਅਸੀਂ ਸਾਰਿਆਂ ਨੂੰ ਅਗੇਨ ਇਹ ਅਪੀਲ ਹੈ ਕਿ ਇਬਾਦਤ ਦੀ ਜੋ ਲਾਈਫ ਹੈ ਉਹਨੂੰ ਸੇਵ ਕਰਨ ਦੇ ਲਈ ਅਸੀਂ ਤੁਹਾਡਾ ਸਭ ਦਾ ਸਹਿਯੋਗ ਚਾਹੁੰਦੇ ਹਾਂ, ਸਭ ਦਾ ਦਾਨ ਚਾਹੁੰਦੇ ਹਾਂ, ਵੱਧ ਤੋਂ ਵੱਧ ਦਾਨ ਕਰੋ ਔਰ ਇਹਨੂੰ ਸ਼ੇਅਰ ਕਰੋ ਸੋ ਦੈਟ ਕਿ ਆਪਾਂ ਇਬਾਦਤ ਨੂੰ ਬਚਾ ਸਕੀਏ।
ਸੋ ਨਾਲ ਸਾਡੇ ਡਾਕਟਰ ਗੁਰਮੀਤ ਸਿੰਘ ਧਾਲੀਵਾਲ ਜੀ ਨੇ ਜਿਹੜੇ ਜੁਆਇੰਟ ਐਸੋਸੀਏਸ਼ਨ ਆਫ ਕਾਲਜਿਸ ਜੈਕ ਪੰਜਾਬ ਦੇ ਚੇਅਰਮੈਨ ਨੇ, ਸੋ ਸਰ ਨੂੰ ਵੀ ਰਿਕੁਐਸਟ ਹੈ ਕਿ ਇਬਾਦਤ ਦੇ ਲਈ ਜਿਹੜੀ ਆ ਪੰਜਾਬ ਨੂੰ ਔਰ ਇਸ ਸਾਰੇ ਖਿੱਤੇ ਨੂੰ ਇੱਕ ਅਪੀਲ ਜਿਹੜੀ ਆ ਉਹ ਜ਼ਰੂਰ ਕਰ। ਧੰਨਵਾਦ, ਬਹੁਤ ਧੰਨਵਾਦ। ਬਹੁਤ ਸਵਾਗਤ ਆ ਸਾਰੇ ਹੀ ਦੋਸਤਾਂ ਦਾ, ਪ੍ਰੈਸ ਦੇ, ਇਲੈਕਟ੍ਰੋਨਿਕ ਮੀਡੀਆ ਦਾ। ਬਹੁਤ ਹੀ ਇੱਕ ਸੈਂਸਿਟਿਵ ਇਸ਼ੂ ਲੈ ਕੇ ਤੁਹਾਡੇ ਕੋਲ ਆਏ ਹਾਂ ਮੈਂ, ਕਿਉਂਕਿ ਸਾਰੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਜੁਆਇੰਟ ਐਸੋਸੀਏਸ਼ਨ ਆਫ ਕਾਲਜਿਸ ਦਾ ਚੇਅਰਮੈਨ ਆ, ਅਤੇ ਇਹ ਜਿਹੜਾ ਪਰਿਵਾਰ ਆ ਇਹ ਮੇਰਾ ਜਿਹੜਾ ਖੁਦ ਦਾ ਜਿਹੜਾ ਇੰਸਟੀਟਿਊਸ਼ਨ ਆ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ, ਉਹਦੇ ਜਿਹੜੇ ਹੈਗੇ ਆ ਸਾਡੇ ਧਨੋਆ ਜੀ ਜਿਹੜੇ ਡਾਕਟਰ ਰਜਿੰਦਰ ਸਿੰਘ ਧਨੋਆ ਜੀ, ਉਹਦੇ ਸਾਡੇ ਬਹੁਤ ਮਤਲਬ ਕਿ ਐਡਮਿਨਿਸਟ੍ਰੇਟਰ ਆ, ਅਤੇ ਉਹਨਾਂ ਦਾ ਇਹ ਪਰਿਵਾਰ ਆ, ਅਤੇ ਮੈਂ ਸਮਝਦਾ ਇਹ ਸਾਡਾ BFJE ਦਾ ਹੀ ਪਰਿਵਾਰ ਹੈ, ਅਤੇ ਅਸੀਂ ਆਪਦੇ ਵੱਲੋਂ ਬਹੁਤ ਵੱਡੇ ਲੈਵਲ 'ਤੇ ਜਿਹੜਾ ਹੈਗਾ ਇਹ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਡੀ ਇਹ ਕੋਸ਼ਿਸ਼ ਇਸ ਬੱਚੀ ਨੂੰ ਬਚਾ ਨਹੀਂ ਸਕਦੀ, ਅਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜਿਵੇਂ ਧਨੋਆਈ ਨੇ ਦੱਸਿਆ ਵੀ ਇਹਦਾ ਜਿਹੜਾ ਕੋਸਟ ਆ ਉਹ 14.5 ਕਰੋੜ, ਪਰ ਮੈਨੂੰ ਇਹ ਲੱਗਦਾ ਵੀ ਜੇ ਸਾਡਾ ਜਿਹੜਾ ਦੇਸ਼ ਦੀ ਆਬਾਦੀ ਹੈ ਉਹ 140 ਕਰੋੜ, ਅਤੇ ਜੇ ਅਸੀਂ ਜਿਵੇਂ ਕਹਿੰਦੇ ਨਾ ਤਿਨਕਾ ਵੀ ਇਹਦੇ ਵਿੱਚ ਪਾਈਏ ਨਾ, ਤਾਂ ਸਾਡੀ ਬਹੁਤ ਵਾਰੀ ਮੈਂ ਗੱਲ ਕਰਦਾ ਹੁੰਦਾ ਵੀ ਸਾਡੀ ਜਿਹੜੀ ਆਬਾਦੀ ਵੱਧਦੀ ਹੋਈ ਆਬਾਦੀ ਹੈ ਉਹ ਕਈ ਵਾਰ ਸਾਡੇ ਲਈ ਸਰਾਪ ਹੁੰਦੀ ਹੈ, ਪਰ ਬਹੁਤ ਥਾਵਾਂ 'ਤੇ ਇਹ ਸਾਡੇ ਲਈ ਵਰਦਾਨ ਵੀ ਸਾਬਤ ਹੋ ਜਾਂਦਾ, ਅਤੇ ਇਸੇ ਤਰ੍ਹਾਂ ਨਾਲ ਇਹੋ ਜਿਹੇ ਕੇਸਾਂ ਦੇ ਵਿੱਚ ਜਿੱਥੇ ਕਿਸੇ ਬੱਚੇ ਦੀ ਲਾਈਫ ਨੂੰ ਬਚਾਇਆ ਜਾ ਸਕਦਾ ਹੈਗਾ ਉੱਥੇ ਜੇ ਅਸੀਂ ਇਹ ਦੇਖੀਏ ਵੀ ਸਾਡੇ ਦੇਸ਼ ਦੀ ਆਬਾਦੀ, ਜੇ ਇੱਕ ਤੁਸੀਂ ਸੋਚ ਕੇ ਦੇਖੋ ਵੀ 140 ਕਰੋੜ ਆਬਾਦੀ ਲੋਕਾਂ ਨੂੰ ਤੁਸੀਂ 14.5 ਕਰੋੜ ਰੁਪਇਆ ਉਹਨੂੰ ਕੀ ਆਊਗਾ, ਮਤਲਬ ਕਿ ਪੈਸਿਆਂ ਦੇ ਵਿੱਚ, ਰੁਪਈਆਂ ਦੇ ਵਿੱਚ ਵੀ ਨਹੀਂ ਪੈਸਿਆਂ ਦੇ ਵਿੱਚ ਆਊ। ਇਸ ਤਰੀਕੇ ਨਾਲ ਜੇ ਅਸੀਂ ਥੋੜਾ ਕਰਕੇ ਜਿਵੇਂ ਕਹਿੰਦੇ ਹੁੰਦੇ ਨਾ ਬੂੰਦ ਬੂੰਦ ਨਾਲ ਤਲਾਬ ਭਰ ਜਾਂਦਾ, ਦੀਵਾ ਮਿਲ ਕੇ ਦੀਵਾਲੀ ਬਣ ਜਾਂਦੀ ਹੈ, ਅਤੇ ਜੇ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜਿੰਨੇ ਵੀ ਜੇ ਕੋਈ ਕਿਤੇ ਵੀ ਕੋਈ ਆਫਤ ਆਉਂਦੀ ਹੈ ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਈਵਨ ਕਿ ਸਾਡੇ ਪੰਜਾਬ ਦੀ ਵੀ ਤਕਰੀਬਨ 3.25 ਕਰੋੜ ਜਿਹੜੀ ਆਬਾਦੀ ਹੈਗੀ ਹੈ ਉਹਨੂੰ ਵੀ ਜੇ ਆਪਾਂ ਕਹੀਏ ਵੀ ਸਾਡੇ ਇਕੱਲੇ ਪੰਜਾਬੀ ਹੀ ਕੰਟਰੀਬਿਊਟ ਕਰਨ, ਅਤੇ ਉਹਦੇ ਲਈ ਵੀ ਇਹ ਕੋਈ ਬਹੁਤ ਵੱਡੀ ਅਮਾਊਂਟ ਨਹੀਂ ਹੈ, ਪਰ ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਬਹੁਤ ਇਹੋ ਜਿਹੇ ਦਾਨੀ ਪੁਰਸ਼ ਆ, ਉਹ ਬਹੁਤ ਥਾਵਾਂ 'ਤੇ ਬੈਠੇ ਆ, ਇਕੱਲੇ ਸਾਡੇ ਇੱਥੇ ਪੰਜਾਬ ਦੇ ਵਿੱਚ ਨਹੀਂ, ਥਰੂ ਆਊਟ ਇੰਡੀਆ, ਥਰੂ ਆਊਟ ਵਰਲਡ, ਅਤੇ ਉਹ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਬਹੁਤ ਵੱਡਾ ਕੰਮ ਵੀ ਕੀਤਾ ਹੈ, ਅਤੇ ਉਸ ਤਰ੍ਹਾਂ ਦੇ ਲੋਕਾਂ ਤੱਕ ਜੇ ਇਹ ਆਵਾਜ਼ ਪਹੁੰਚੇ ਤਾਂ ਉਹ ਅੱਗੇ ਆਪ ਕੰਟਰੀਬਿਊਟ ਕਰਨ, ਪਲੱਸ ਆਪ ਜਿਹੜਾ ਹੈਗਾ ਉਹ ਲੋਕਾਂ ਤੱਕ ਸ਼ੇਅਰ ਕਰਨ, ਤਾਂ ਇਹ ਅਮਾਊਂਟ ਕੋਈ ਬਹੁਤ ਵੱਡੀ ਨਹੀਂ ਹੈ। ਸਾਡੇ ਦੇਸ਼ ਦੇ, ਸਾਡੇ ਪੰਜਾਬ ਦੇ ਬਹੁਤ ਸੈਲੀਬ੍ਰਿਟੀਜ਼ ਹੈ, ਬਹੁਤ ਉਦਯੋਗਪਤੀ ਹੈ ਜਿਹੜੇ ਥੋੜਾ ਕਰਕੇ ਵੀ, ਮੈਂ ਕਹਿੰਦਾ ਵੀ ਉਹਨਾਂ ਲਈ ਕੋਈ ਔਖਾ ਨਹੀਂ ਹੁੰਦਾ ਜੇ ਕੋਈ 1 ਲੱਖ ਰੁਪਇਆ, 2 ਲੱਖ ਰੁਪਇਆ, 5 ਲੱਖ ਰੁਪਇਆ, ਕਿਉਂਕਿ ਜਿਹੜੇ CSR ਦੇ ਵਿੱਚ ਕਰੋੜਾਂ ਰੁਪਏ ਜਿਹੜਾ ਹੈਗਾ ਉਹ ਡੋਨੇਟ ਕਰਦੇ ਹੈਗੇ, ਜਿਵੇਂ ਕਿ ਇੰਡਸਟਰੀ ਦਾ ਇੱਕ CSR ਫੰਡ ਹੁੰਦਾ, ਅਤੇ ਜਿਹੜੇ ਲੋਕ ਸੈਲੀਬ੍ਰਿਟੀਜ਼ ਆ ਉਹ ਵੀ ਆਪਣੇ ਤੌਰ 'ਤੇ ਬਹੁਤ ਵੱਡੇ ਲੈਵਲ 'ਤੇ ਕੰਟਰੀਬਿਊਟ ਕਰਦੇ, ਅਤੇ ਜੇ ਇਸ ਤਰੀਕੇ ਨਾਲ ਮੈਂ ਤਾਂ ਸਮਝਦਾ ਵੀ ਜੇ ਇਸ ਤਰ੍ਹਾਂ ਦੇ ਤਕਰੀਬਨ 50 ਕੁ ਬੰਦੇ ਜਿਹੜੇ ਹੈਗੇ ਆ ਉਹ ਕੰਟਰੀਬਿਊਟ ਥੋੜਾ ਕਰਕੇ ਹੀ ਕਰਨ, ਤਾਂ ਇਹ ਅਮਾਊਂਟ ਜਿਹੜੀ ਹੈਗੀ ਆ ਕੁਛ ਦਿਨਾਂ ਦੇ ਵਿੱਚ ਹੀ ਇਹ ਕੁਲੈਕਟ ਹੋ ਸਕਦੀ ਹੈ, ਕਿਉਂਕਿ ਸਾਨੂੰ ਇਹ ਲੋੜ ਆ ਸਾਡੇ ਜਿਹੜੇ ਇਸ ਬੱਚੇ ਨੂੰ, ਇਸ ਬੱਚੇ ਨੂੰ ਬਚਾਉਣ ਲਈ ਬਹੁਤ ਜਲਦੀ ਜਿਹੜਾ ਹੈਗਾ ਇਹ ਅਮਾਊਂਟ ਕਲੈਕਟ ਕਰਨ ਦੀ, ਤਾਂ ਕਿ ਇਹਨੂੰ ਉਹ ਇੰਜੈਕਸ਼ਨ ਲਵਾਇਆ ਜਾ ਸਕੇ ਜਿਹਦੀ ਕੋਸਟ 14.5 ਕਰੋੜ ਰੁਪਏ।
ਇਸ ਲਈ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਇਹ ਸਾਡੇ ਸਾਰੇ ਹੀ ਐਜੂਕੇਸ਼ਨ ਜਗਤ ਨੂੰ, ਭਾਵੇਂ ਉਹ ਪੰਜਾਬ ਦਾ ਐਜੂਕੇਸ਼ਨ ਸੈਕਟਰ ਆ, ਭਾਵੇਂ ਉਹ ਸਾਰੇ ਦੇਸ਼ ਦਾ ਐਜੂਕੇਸ਼ਨ ਸੈਕਟਰ ਆ, ਭਾਵੇਂ ਸਾਰੇ ਵਰਲਡ ਦਾ ਐਜੂਕੇਸ਼ਨ ਸੈਕਟਰ ਆ, ਵਿਸ਼ੇਸ਼ ਤੌਰ ਤੇ ਮੈਂ ਸਮਝਦਾ ਵੀ ਇਹ ਮੇਰਾ ਇੱਕ ਬਹੁਤ ਵੱਡਾ ਅਧਿਕਾਰ ਆ ਐਜੂਕੇਸ਼ਨ ਸੈਕਟਰ ਲਈ, ਕਿਉਂਕਿ ਮੈਂ ਲੰਬੇ ਸਮੇਂ ਤੋਂ ਐਜੂਕੇਸ਼ਨ ਲਈ ਸਰਵ ਕਰ ਰਿਹਾ ਹੈਗਾ। ਤੇ ਸਾਰੇ ਐਜੂਕੇਸ਼ਨ ਸੈਕਟਰ ਨੂੰ ਤਾਂ ਸਾਡੇ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਜੇ ਇਕੱਲਾ ਐਜੂਕੇਸ਼ਨ ਸੈਕਟਰ ਹੀ ਆ ਜਾਵੇ ਤਾਂ ਤੁਸੀਂ ਮਲਟੀਪਲਾਈ ਕਰਕੇ ਦੇਖੋ, ਪੰਜਾਬ ਦੇ ਵਿੱਚ ਇਕੱਲੀਆਂ ਸਾਡੀਆਂ ਜਿਹੜੀਆਂ ਸੈਲਫ ਫਾਈਨਾਂਸ ਇੰਸਟੀਟਿਊਸ਼ਨ ਸੀ 1650, ਤੇ ਜੇ ਸਾਰੀਆਂ ਗਵਰਨਮੈਂਟ ਤੇ ਸਾਰੀਆਂ ਇੰਸਟੀਟਿਊਸ਼ਨ ਲਾ ਦੇ 2000 ਦੇ ਕਰੀਬ ਇੰਸਟੀਟਿਊਸ਼ਨ ਆ, ਤੇ 2000 ਦੇ ਵਿੱਚ ਤੁਸੀਂ ਸੋਚ ਕੇ ਦੇਖੋ ਵੀ ਕਿੰਨੇ ਇੰਪਲਾਈਜ਼ ਹੋਣਗੇ ਤੇ ਉਸ ਇੰਪਲਾਈਜ਼ ਦੇ ਵਿੱਚ ਕਿੰਨੇ ਬੱਚੇ ਹੋਣਗੇ, ਟੋਟਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਹੈ ਇਹ ਸਟਰੈਂਥ ਪਹੁੰਚਦੀ ਹੈਗੀ ਹੈ। ਤੇ ਜੇ ਉਹ ਸਾਰੇ ਰਲ ਕੇ ਥੋੜ੍ਹਾ ਥੋੜ੍ਹਾ ਵੀ ਕੰਟਰੀਬਿਊਟ ਕਰਨ ਤੇ ਬਹੁਤ ਵੱਡੇ ਰੂਪ ਵਿੱਚ ਕੰਟਰੀਬਿਊਸ਼ਨ ਹੋ ਸਕਦੀ ਹੈਗੀ। ਤੇ ਮੈਂ ਆਮ ਤੌਰ ਤੇ ਦੇਖਿਆ ਵੀ ਇਹੋ ਜਿਹੀ ਕੰਟਰੀਬਿਊਸ਼ਨ ਜਿਹੜੀ ਹੈਗੀ ਹੈ ਲੋਕ ਸਾਡੇ ਕਰਦੇ ਆ, ਕਿਉਂਕਿ ਸਾਡਾ ਪੰਜਾਬੀਆਂ ਦਾ ਇਹ ਇੱਕ ਵਿਰਸਾ, ਸਾਡੀ ਵਿਰਾਸਤ ਆ ਕਿ ਅਸੀਂ ਜਿੱਥੇ ਕਿਤੇ ਵੀ ਭੀੜ ਪੈਂਦੀ ਹੈ ਉਸ ਭੀੜ ਦੇ ਲਈ ਅਸੀਂ ਅੱਗੇ ਹੋ ਕੇ, ਅੱਗੇ ਵੱਧ ਕੇ, ਸਭ ਤੋਂ ਅੱਗੇ ਹੋ ਕੇ ਅਸੀਂ ਕੰਮ ਕਰਦੇ ਹਾਂ। ਉਹ ਭਾਵੇਂ ਕਿਤੇ ਵੀ, ਜਿਵੇਂ ਕਿ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਜਿੱਥੇ ਕਿਤੇ ਮਰਜ਼ੀ ਪੰਜਾਬ ਦੇ ਵਿੱਚ ਭੀੜ ਪੈ ਜਾਵੇ, ਈਵਨ ਕਿ ਦੇਸ਼ ਦੇ ਵਿੱਚ ਭੀੜ ਪੈ ਜਾਵੇ, ਉਸ ਭੀੜ ਲਈ ਪੰਜਾਬੀ ਸਭ ਤੋਂ ਅੱਗੇ ਹੁੰਦੇ। ਤੇ ਅੱਜ ਮੈਂ ਸਾਰੇ ਪੰਜਾਬੀਆਂ ਨੂੰ ਆਪਦੇ ਵਿਰਸੇ ਨੂੰ, ਆਪਦੀ ਵਿਰਾਸਤ ਨੂੰ ਯਾਦ ਕਰਦਿਆਂ ਹੋਇਆਂ, ਉਹਨਾਂ ਨੂੰ ਯਾਦ ਦਿਵਾਉਂਦਿਆਂ ਹੋਇਆਂ, ਉਹਨਾਂ ਨੂੰ ਇਹ ਗੱਲ ਅਪੀਲ ਕਰਦਾ ਹੱਥ ਜੋੜ ਕੇ ਕਿ ਤੁਸੀਂ ਸਾਰੇ ਇੱਥੇ ਹੋ, ਤੁਸੀਂ ਸਾਰੇ ਇਸ ਗੱਲ ਦੇ ਵਿੱਚ ਅੱਗੇ ਵੱਧ ਤੋਂ ਵੱਧ ਜਿਹੜੀ ਹੈਗੀ ਇਸ ਗੱਲ ਨੂੰ ਸ਼ੇਅਰ ਕਰੋ, ਇਸ ਜਿਹੜਾ ਹੈਗਾ ਲਿੰਕ ਨੂੰ ਸ਼ੇਅਰ ਕਰੋ ਤਾਂ ਕਿ ਬਹੁਤ ਲੋਕਾਂ ਤੱਕ ਇਹ ਗੱਲ ਫੈਲੇ, ਕਿਉਂਕਿ ਸਾਰੇ ਇਕੱਲੇ ਪੰਜਾਬ ਦੇ ਵਿੱਚ ਨਹੀਂ, ਦੇਸ਼ ਦੇ ਵਿੱਚ ਨਹੀਂ, ਪੂਰੇ ਸੰਸਾਰ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਹੈ ਜਾਣੀ ਚਾਹੀਦੀ ਹੈ, ਕਿਉਂਕਿ ਇਕੱਲੇ ਸਾਡੇ ਪੰਜਾਬੀ ਜਾਂ ਸਾਡੇ ਜਿਹੜੇ ਹੈਗੇ ਆ ਇੰਡੀਅਨਸ ਨਹੀਂ ਸਿਰਫ ਡੋਨੇਟ ਕਰਦੇ, ਬਹੁਤ ਲੋਕ ਵੱਡੇ ਲੈਵਲ ਤੇ ਜਿਹੜੇ ਹੈਗੇ ਆ ਸਾਡੇ ਸੰਸਾਰ ਦੇ ਵਿੱਚ ਇਹੋ ਜਿਹੇ ਲੋਕ ਆ ਜਿਹੜੇ ਬਹੁਤ ਵੱਡੇ ਲੈਵਲ ਡੋਨੇਟ ਕਰਦੇ ਹੈਗੇ, ਉਹਨਾਂ ਤੱਕ ਵੀ ਇਹ ਗੱਲ ਪਹੁੰਚਣੀ ਚਾਹੀਦੀ ਹੈਗੀ ਹੈ, ਤਾਂ ਕਿ ਉਹ ਥੋੜਾ ਥੋੜਾ ਵੀ ਆਪਦਾ, ਕਿਉਂਕਿ ਸਾਨੂੰ ਨਾ, ਮੈਂ ਇੱਕ ਗੱਲ ਦੇਖੀ ਹੈ ਹਮੇਸ਼ਾ, ਮੈਂ ਹਮੇਸ਼ਾ ਬੱਚਿਆਂ ਨੂੰ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਸਾਨੂੰ ਟੇਕਰਸ ਨਹੀਂ ਹੋਣਾ ਚਾਹੀਦਾ, ਸਾਨੂੰ ਗਿਵਰਸ ਹੋਣਾ ਚਾਹੀਦਾ। ਤੇ ਜੇ ਅਸੀਂ ਗਿਵਰਸ ਹੋਈਏ ਤਾਂ ਤੁਸੀਂ ਸੋਚ ਕੇ ਦੇਖੋ, ਕਦੇ ਅਮੈਜ਼ਨ ਕਰਕੇ ਦੇਖੋ ਜੀ, ਵੀ ਜਿਹੜੇ ਬੰਦੇ ਨੇ ਕਦੇ ਵੀ ਕਿਸੇ ਲਈ ਵੀ ਕੋਈ ਵੀ ਕੰਮ ਕੀਤਾ ਤੇ ਉਹਨੂੰ ਸਾਰੀ ਉਮਰ ਸੈਟਿਸਫੈਕਸ਼ਨ ਕਿੰਨੀ ਹੋਈ, ਉਹ ਇਸ ਤਰੀਕੇ ਨਾਲ ਮਤਲਬ ਕਿ ਆਪਦੀ ਲਾਈਫ ਉਹਦੀ ਜਿਹੜੀ ਹੈਗੀ ਹੈ ਉਹ ਇੰਜੋਏਫੁਲ ਹੋ ਜਾਂਦੀ ਹੈ ਜਦੋਂ ਉਹ ਕਿਸੇ ਨੂੰ ਕੁਛ ਦਿੰਦਾ। ਇਸ ਲਈ ਮੈਂ ਇਹ ਗੱਲ ਨੂੰ ਧਿਆਨ ਚ ਰੱਖਦਿਆਂ ਹੋਇਆਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਸਾਨੂੰ ਆਹ ਥੋੜਾ ਜਿਹਾ ਜਿਹੜਾ ਹੈਗਾ ਆਪਦੀ ਲਾਈਫ ਦੇ ਵਿੱਚ ਜੇ ਅਸੀਂ ਕੰਟਰੀਬਿਊਟ ਕਰੀਏ, ਇਹ ਕੁਛ ਦੇਈਏ, ਤਾਂ ਇਹਦੇ ਨਾਲ ਇੱਕ ਬੱਚੇ ਦੀ ਜਿਹੜੀ ਹੈਗੀ ਆ ਉਹ ਲਾਈਫ ਬਚ ਸਕਦੀ ਹੈ ਤੇ ਸਾਨੂੰ ਉਸ ਲਈ ਬਹੁਤ ਵੱਡੀ ਸੈਟਿਸਫੈਕਸ਼ਨ ਹੋ ਸਕਦੀ ਹੈ। ਮੈਨੂੰ ਲੱਗਦਾ ਵੀ ਇਹ ਇੱਕ ਪਰਮਾਤਮਾ ਦੀ ਇਬਾਦਤ ਆ, ਵੀ ਉਸ ਪਰਮਾਤਮਾ ਨੂੰ ਅਸੀਂ ਜਿਵੇਂ ਇਬਾਦਤ ਕਰਦੇ ਹਾਂ ਉਸ ਤਰੀਕੇ ਨਾਲ ਇਸ ਇਬਾਦਤ ਨੂੰ ਬਚਾਉਣ ਲਈ ਅਸੀਂ ਸਮਝਦੇ ਵੀ ਜੇ ਅਸੀਂ ਥੋੜਾ ਜਿਹਾ ਵੀ ਕੰਟਰੀਬਿਊਟ ਕਰ ਲਿਆ ਤਾਂ ਅਸੀਂ ਸਮਝਾਂਗੇ ਵੀ ਅਸੀਂ ਪਰਮਾਤਮਾ ਦੇ ਜਿਹੜੇ ਹੈਗੇ ਆ ਉਹਦੇ ਅੱਗੇ ਆਪਦੀ ਇਹਦੀ ਅਰਦਾਸ ਕਰ ਲਈ ਹੈਗੀ, ਉਹਦੇ ਅੱਗੇ ਕੁਛ ਕੰਟਰੀਬਿਊਟ ਕਰਤਾ, ਉਹ 'ਚ ਕੋਈ ਯੋਗਦਾਨ ਪਾਤਾ ਹੈਗਾ। ਇਸ ਲਈ ਅਖੀਰ 'ਤੇ ਮੇਰੀ ਫਿਰ ਸਾਰਿਆਂ ਨੂੰ ਇਹ ਅਪੀਲ ਹੈ, ਸਾਰੇ ਜਗਤ ਨੂੰ, ਸਾਰੇ ਸੰਸਾਰ ਨੂੰ, ਸਾਰੇ ਜਿਹੜੇ ਹੈਗੇ ਦੇਸ਼ ਵਾਸੀਆਂ ਨੂੰ, ਭਾਰਤ ਵਾਸੀਆਂ ਨੂੰ ਤੇ ਸਾਰੇ ਪੰਜਾਬੀਆਂ ਨੂੰ ਕਿ ਸਾਨੂੰ ਇਸ ਦੇ ਜਗ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਕੰਟਰੀਬਿਊਟ ਕਰਨਾ ਚਾਹੀਦਾ ਹੈ।